ਰੁੱਸੇ ਹੋਏ ਵਿਅਕਤੀ ਨੂੰ ਝੱਟ-ਪੱਟ ਬੁਲਾਉਣਾ ਉਸ ਨੂੰ ਗੁੱਸਾ ਚੜਾਉਂਦਾ ਹੈ, ਕਿਉਂਕਿ ਉਹ ਸਮਝਦਾ ਹੈ ਕਿ ਸ਼ਾਇਦ ਠੀਕ ਤਰ੍ਹਾਂ ਰੁੱਸਿਆ ਹੀ ਨਹੀਂ। ਪਤਨੀ ਰੁੱਸ ਕੇ ਰਸੋਈ ਵਿੱਚ ਅਤੇ ਪਤੀ ਆਪਣੇ ਕਮਰੇ ਵਿੱਚ ਬੰਦ ਹੋ ਜਾਂਦਾ ਹੈ ਤਾਂ ਜੋ ਦੂਜੀ ਧਿਰ ਦਖਲ ਨਾ ਦੇ ਸਕੇ, ਪਰ ਦੋਹਾਂ ਦੇ ਕੰਨ ਇੱਕ ਦੂਜੀ ਧਿਰ ਵੱਲ ਲੱਗੇ ਹੁੰਦੇ ਹਨ। ਇਸਤਰੀ ਜਦੋਂ ਰੁੱਸਦੀ ਹੈ ਤਾਂ ਮਨਾਏ ਜਾਣ ਦੀ ਸੰਭਾਵਨਾ ਰੱਖ ਕੇ ਰੁੱਸਦੀ ਹੈ। ਮਰਦ ਜਦੋਂ ਰੁੱਸਦਾ ਹੈ ਤਾਂ ਉਸਨੂੰ ਪਤਾ ਹੁੰਦਾ ਹੈ ਕਿ ਉਸਨੂੰ ਕਿਸੇ ਨੇ ਨਹੀਂ ਮਨਾਉਣਾ, ਪਰ ਮਨਾਏ ਜਾਣ ਦੀ ਭਾਵਨਾ ਤਾਂ ਉਸ ਵਿੱਚ ਵੀ ਹੁੰਦੀ ਹੈ। ਰੁੱਸੀ ਹੋਈ ਤੀਵੀਂ ਭਾਂਡੇ ਵਧੇਰੇ ਖੜਕਾਉਂਦੀ ਹੈ, ਜਦੋਂ ਕਿ ਪਤੀ ਕਿਸੇ ਵਿਗੜੀ ਚੀਜ਼ ਨੂੰ ਠੀਕ ਕਰਨ ਦਾ ਫਾਲਤੂ ਜਿਹਾ ਕੰਮ ਕਰਨ ਲੱਗ ਪੈਂਦਾ ਹੈ। ਜੀਵਨ ਦਾ ਤਜਰਬਾ ਦੱਸਦਾ ਹੈ ਕਿ ਰੁੱਸਣਾ ਸ਼ੌਂਕ ਹੀ ਰਹਿਣਾ ਚਾਹੀਦਾ ਹੈ, ਇਹ ਆਦਤ ਨਹੀਂ ਬਣਨਾ ਚਾਹੀਦਾ। ਜੇ ਕੋਈ ਤੁਹਾਡੇ ਨਾਲ ਰੁੱਸਿਆ ਹੈ ਤਾਂ ਉਸਨੂੰ ਮਨਾ ਲਵੋ, ਕਿਉਂਕਿ ਉਹ ਤੁਹਾਡੇ ਵੱਲੋਂ ਮਨਾਏ ਜਾਣ ਦੀ ਉਡੀਕ ਕਰ ਰਿਹਾ ਹੈ। ਵਿਚਾਰ ਨਰਿੰਦਰ ਸਿੰਘ ਕਪੂਰ, ਆਵਾਜ਼ ਸਰਬਜੀਤ ਸਿੰਘ। ਚੰਗੇ ਵਿਚਾਰਾਂ ਲਈ ਸਬਸਕ੍ਰਾਈਬ ਕਰੋ ਸਰਬ ਸੁੱਖ ਫਿਲਮਜ਼।